ਫਨਕਾਰਾਂ ਦੇ ਪੈਸੇ ਫਨਕਾਰ ਹੀ ਖਾਂਦੇ ਨੇ ਹੋਰ ਕੌਣ ਖਾਂਦਾ ਹੈ ਜਿਵੇਂ ਟੈਡੀ ਨਾਲ ਹੁੰਦੇ ਸਾਡੇ ਨਾਲ ਇਸੇ ਹੋਏਗਾ ਮੈਨੂੰ ਕੋਈ ਡਰ ਨਹੀਂ ਕਿਸੇ ਚੀਫ ਮਿਨਿਸਟਰ ਦਾ ਨਾਮ ਲੈਣ ਤੇ ਜਾਂ ਕਿਸੇ ਮਿਨਿਸਟਰ ਦਾ ਜਾਂ ਕਿਸੇ ਸੀਨੀਅਰ ਫਨਕਾਰ ਦਾ ਅਗਰ ਕੋਈ ਬਦਮਾਅ ਗਲਤ ਕੰਮ ਕਰ ਰਿਹਾ ਹੈ ਮੈਨੂੰ ਨਾ ਨਾਂ ਉਹਦੀ ਕੋਈ ਟੈਨਸ਼ਨ ਹੈ ਨਾ ਮੈਨੂੰ ਉਹਨਾਂ ਦਾ ਕੋਈ ਡਰ ਖੋਫ ਹੈ ਨਾ ਮੈਨੂੰ ਉਹਨਾਂ ਦਾ ਕੋਈ ਭਾਰ ਹੈ ਕਿ ਬਈ ਹੋਰ ਕੀ ਬੇਰ ਨਾਲ ਕੀ ਕਰਨਗੇ ਕੁਝ ਵੀ ਨਹੀਂ ਕਰਨਗੇ ਬੇਰ ਨਾਲ ਠੀਕ ਹੈ ਨਾ ਦੇਖੋ ਬੇਸਿਕਲੀ ਅਸੀਂ ਲੋਕ ਸਾਡੀ ਫੀਲਡ ਹੈਗੀ ਐ ਅਨਪੜਾ ਹੂੰ ਜਿਹੜੇ ਫਨਕਾਰਾਂ ਦਾ ਹੱਥ ਪੈਂਦਾ ਨਾ ਜਾਂ ਜਿਹੜੇ ਜਿਨ੍ਹਾਂ ਦੀ ਪੀਆਰ ਅੱਛੀ ਹੈ ਜਿਹੜੇ ਸਾਹਿਬੇ ਇਕਤਦਾਰ ਲੋਗਾਂ ਦੇ ਨਾਲ ਬੈਨ ਖਲੋਣੇ ਉਹਨਾਂ ਨੂੰ ਪ੍ਰੋਸੈਸ ਦਾ ਪਤਾ ਹੈ ਬੁਖਤਰੀ ਤਰੀਕੇ ਨੇ ਇਹਦੇ ਹੂੰ ਹੂੰ ਮੇਰਾ ਉਨ ਮਿਸਾਲ ਮੈਂ ਬਣਾ ਜਾਂ ਤੁਸੀਂ ਹੋ ਤੁਹਾਡਾ ਅਗਰ ਕਲਚਰ ਮਿਨਿਸਟਰ ਵਾਕੇ ਹੋ ਤੇ ਤੁਸੀਂ ਲੱਖਾਂ ਕਰੋੜਾ ਕਮਾ ਸਕਦੇ ਹੋ ਐ ਮਿਸਾਲ ਤੌਰ ਤੇ ਮੇਲਾ ਲਾਉਂਦੇ ਨੇ ਮੇਲਾ ਲਗ ਫੈਸਟੀਵਲ ਹੁੰਦਾ ਕਦੀ ਪੁਕਰੀਆਂ ਦਾ ਹੋ ਜਾਂਦਾ ਹੈ ਕਦੀ ਇਹ ਸਾਰਾ ਫਰਾਡ ਹੁੰਦਾ ਹੈ ਇਹ ਹੋਰ ਕੀ ਹੁੰਦਾ ਹੈ 네ਗੇਟਿਵ ਸੈਂਸ ਵਾਲੇ ਜਾਂ 네ਗੇਟਿਵ ਅਪਰੋਚ ਵਾਲੇ ਲੋਕ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਜਿਹਨਾਂ ਨੂੰ ਇਸ ਗੱਲ 'ਚ ਮਜ਼ਾ ਹੁੰਦਾ ਹੈ ਕਿ ਅਗਲੇ ਬੰਦੇ ਦੀ ਖਾਮੀ ਨੂੰ ਐਕਸਪਲੋਇਟ ਕਰਕੇ ਠੀਕ ਨੇ ਜੀ ਸੋ ਇਹ ਵਿੱਚ ਹੁੰਦੇ ਨੇ ਬੰਦੇ ਕਈ ਪਰ ਮਤਲਬ ਹੱਦ ਉਹ ਇੱਕ ਟਾਈਮ ਐਸਾ ਆ ਵੀ ਜਾਂਦਾ ਕਿ ਇਸਲੇ ਕਿ بڑے بڑے ਕਰੋਲਾ ਪਤੀ ਆਦੇ ਆ ਜਾਂਦੇ ਨੇ بڑے بڑے ਮਨ ਅਰ ਪਤੀ ਆਦੇ ਉਹ ਜਿਹੇ ਟਾਈਮ ਆ ਜਾਂਦੇ ਕਿ ਵੀ ਉਹ ਕੋਈ ਨਹੀਂ ਹਲਾਤ ਕਿਸਲੇ ਹੁੰਦੇ ਜੀ ਜੀ ਅਗਰ ਕੋਈ ਸਾਨੂੰ ਸਾਡੇ ਸਰਕਾਰ ਵਾਸਤੇ ਕੋਈ ਫੰਡ ਸਾਡ ਮੁਖਤਸ ਹੁੰਦਾ ਹੈ ਗਵਰਨਮੈਂਟ ਵੱਲੋਂ ਤੇ ਉਹ ਉਹਦੇ ਵਿੱਚ ਅਗਰ ਕੋਈ ਬੇਈਮਾਨੀ ਕਰਦਾ ਹੈ ਉਹ ਭਾਵੇਂ ਸਾਡਾ ਫਨਕਾਰ ਹੈ ਸਾਡੀ ਬਰਾਦਰੀ ਨੂੰ ਉਹਦੇ ਖਿਲਾਫ ਬਿਹਤਰੀਨ ਇਹਤਜਾਜ ਕਰਨਾ ਚਾਹੀਦਾ ਹੈ ਉਹਦੇ ਨਾਲ ਬਾਈਕਾਟ ਕਰਨਾ ਚਾਹੀਦਾ ਹੈ ਉਹਨੂੰ ਬਕਾਇਦਾ ਜਾ ਕੇ ਲਾਨਤਾਨ ਕਰਨੀ ਚਾਹੀਦੀ ਹੈ ਉਹ ਮੁਜਰਮ ਹੈ ਉਹ ਕ੍ਰਿਮੀਨਲ ਆਦਮੀ ਹੈ ਉਹਨੂੰ ਬੜੀ ਸਖਤ ਤੋਂ ਸਖਤ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਫਨਕਾਰਾਂ ਦਾ ਜੋ ਫੰਡ ਹੈ ਜੋ ਇਨਕੇ ਲਈ ਪੈਸੇ ਆਤੇ ਹੈ ਇਹ ਕਹਾਂ ਜਾਂਦੇ ਹੈ ਬੜਾ ਅੱਛਾ ਸਟੈਪ ਤੁਸੀਂ ਚੁੱਕਿਆ ਹੈ ਔਰ ਬੜਾ ਚਾਏ ਟਾਪਿਕ ਹੈ ਹੈ ਫਨਕਾਰਾਂ ਦੇ ਪੈਸੇ ਫਨਕਾਰ ਹੀ ਖਾਂਦੇ ਨੇ ਔਰ ਕੌਣ ਖਾਂਦਾ ਹੈ ਅੱਛਾ ਆਬੀਸ ਵੀ ਦੇਖੋ ਸਾਡੇ ਜਿਹੜੇ ਫਨਕਾਰ ਨੇ ਮਿਸਾਲ ਦੇ ਤੌਰ ਤੇ ਜਿਨ੍ਹਾਂ ਨੂੰ ਅਸੀਂ ਜਿਹੜੇ ਆਈਕਨ ਬਣੇ ਨੇ ਜਾਂ ਜਿਹੜੇ ਬੜੇ ਇੰਟੈਲੈਕਚੁਅਲ ਬਣੇ ਨੇ ਉਹ ਬੇਸਿਕਲੀ ਫਰਾਡੀਏ ਨੇ ਅੱਛਾ ਗਾਂਸਾ ਮੇਰੇ ਉਹ ਇਨਿਕ ਸੜੇ ਫਨਕਾਰਾਂ ਚ ਐਸੀਆਂ ਕਾਲੀਆਂ ਪੇੜਾਂ ਨੇ ਹਾਂਜੀ ਹਾਂਜੀ ਅੱਛਾ ਅੱਛਾ ਕਿਸ ਤਰ੍ਹਾਂ ਹੋ ਸਕਦਾ ਕਿ ਸਾਡੇ ਫਨਕਾਰਾਂ ਦੇ ਵਿੱਚ ਉਹ ਬੰਦੇ ਨਾ ਹੋਣ ਹਾਂ ਹਾਂ ਤੇ ਸਾਬਾ ਕੀ ਲੋਗ ਉਹਨਾਂ ਨਾਲ ਮਿਲ ਕੇ ਜਿਹੜੀ ਬਿਊਰੋਕ੍ਰੇਸੀ ਕਹਿੰਦਾ ਤੁਸੀਂ ਜਾਂ ਕੋਈ ਮੈਨੇਜਮੈਂਟ ਕਹਿ ਲੋ ਉਹ ਲਾਹਰੇ ਫਨਕਾਰਾਂ ਨਾਲ ਮਿਲ ਕੇ ਹੋ ਸਕਦਾ ਨਾ ਕਿ ਤੁਸੀਂ ਗਵਰਨਮੈਂਟ ਨੇ ਮਿਸਾਲ ਦੋ ਭਾਈ ਐਸ ਜੀ ਕਲੀਅਰ ਕਰਦੇ ਹੋ ਕਿ ਇਹ ਪੈਸੇ ਫਨਕਾਰਾਂ ਨੂੰ ਡਾਇਰੈਕਟ ਆਂਦੇ ਨੇ ਜਿਹੜੀ ਉਹ ਖਾਜਦੇ ਨੇ ਮੈਨੂੰ ਜੋ ਪਤਾ ਹੈ ਉਹ ਇਹ ਵੀ ਕਿ ਮਿਸਾਲ ਦੇ ਤੌਰ ਤੇ ਲੰਮਾ ਆਰਟਸ ਕਾਉਂਸਲ ਤੁਸੀਂ ਬੇਸ਼ੱਕ ਹੀ ਸਾਲ ਕੰਮ ਕੀਤਾ ਤੇ ਉੱਥੇ ਇੱਕ ਸ਼ੋਅ ਸੀ ਯਾਨੀ ਕਿ ਸਾਡੇ 15 ਦਿਨ ਦਿਸਨ ਪ੍ਰੋਡਿਊਸਰ ਦਾ ਇੱਕ ਦਿਨ ਐਕਸਟਰਾ ਸ਼ੋਅ ਹੁੰਦਾ ਸੀ ਜਿਹੜਾ ਵੈਲਫੇਅਰ ਹੁੰਦਾ ਸੀ ਠੀਕ ਹੈ ਉਹ ਕਾਉਂਸਲ ਦੇ ਵਿੱਚ ਜਮਾ ਹੁੰਦਾ ਸੀ ਠੀਕ ਹੈ ਜੀ ਤੇ ਹੁਣ ਉਹ ਪੈਸੇ ਜਿਹੜੇ ਸਨ ਉਹ ਸਾਰਾ ਹਸਾਲ ਦੇ ਦੋ ਤਿੰਨ ਹਾਲਾਂ ਦੇ ਹਰ 16 ਦਿਨਾਂ ਬਾਅਦ ਪਤਾ ਲਗਾ ਦੇਣਾ ਬਾਅਦ ਇੱਕ ਸ਼ੋ ਫਿਰ ਉਹ ਪਤਾ ਨਹੀਂ ਹੁਣ ਕਿੰਨੇ ਕੁ ਪੈਸੇ ਬਣ ਜਾਂਦੇ ਨੇ ਸੰਦੇ ਨੇ ਸੰਦੇ ਹਵਾਵਿੰ ਲੱਗਣ ਦਿੰਦੇ ਤੇ ਉਹ ਕਿੱਥੇ ਜਾਂਦੇ ਸਨ ਜਾਂ ਕੀ ਉਹ ਪਤਾ ਨਹੀਂ ਕਿੱਥੇ ਜਾਂਦੇ ਸਨ ਦੇਖੋ ਬੇਸਿਕਲੀ ਅਸੀਂ ਲੋਕ ਆ ਸਾਡੀ ਫੀਲਡ ਹੈਗੀ ਇਹ ਅਨਪੜਾ ਹਮ ਅਸੀਂ ਜੋ ਤੇ ਟੈਲੀਵਿਜ਼ਨ ਅਸੀਂ ਥੀਏਟਰ ਦੇ ਜ਼ਿਆਦਾ ਮੈਂ ਗੱਲ ਕਰ ਰਹੇ ਹਾਂ ਕਿ ਥੀਏਟਰ ਜਿਹੜਾ ਨਾ ਇੱਕ ਅਨਪੜ੍ਹ ਕਮਿਊਨਿਟੀ ਤੇ ਮੁਸਤਮਿਲ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਤੇ ਖੈਰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਕਿੱਥੇ ਕਪਲਾ ਹੋ ਰਿਹਾ ਹੈ ਕਿੱਥੇ ਕੀ ਹੋ ਰਿਹਾ ਹੈ ਉਹਨਾਂ ਨੂੰ ਇਹਨਾਂ ਗੱਲਾਂ ਦੀ ਸੈਂਸ ਨਹੀਂ ਤੇ ਨਾ ਇਹਨਾਂ ਗੱਲਾਂ ਦਾ ਉਹਨਾਂ ਨੂੰ ਇੰਟਰਸਟ ਨਹੀਂ ਠੀਕ ਹੈ ਉਹ ਬਾਕੀ ਇਹ ਜਿਹੜਾ ਮਿਸਾਲ ਦੇ ਤੌਰ ਤੇ ਪਿਛਲੇ ਦਿਨਾਂ 'ਚ ਸੁਣਿਆ ਸੀ ਅਸੀਂ ਕਿ ਕੋਈ ਅਰਬ ਰੁਪਇਆ ਦਿੱਤਾ ਹੈ ਜੀ ਨੈਸ਼ਨਲ ਆਰਟਸ ਕਾਉਂਸਲ ਨੂੰ ਗਵਰਨਮੈਂਟ ਨੇ ਪੀਐਨਸੀ ਨੂੰ ਠੀਕ ਹੈ ਜੀ ਕੋਈ ਅਰਬ ਰੁਪਏ ਇੱਕ ਗਵਰਨਮੈਂਟ ਨੇ ਕੋਈ ਦਿੱਤਾ ਹੈ ਫਨਕਾਰਾਂ ਵਾਸਤੇ ਇਹ ਹੈ ਉਹ ਜੀ ਜੀ ਹੁਣ ਉਹ ਪੈਸੇ ਕਿੱਥੇ ਗਏ ਬੇਸਿਕਲੀ ਕੁਐਸਚਨ ਇਹ ਹੈ ਵੀ ਉਹ ਪੈਸੇ ਕਿੱਥੇ ਗਏ 1 ਅਰਬ ਰੁਪਇਆ ਜੀ ਜੀ ਉਹ 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 ਜਿਹੜੇ ਸਿਸਟਮ ਹੈ ਇਹ ਬੰਦ ਹੈ ਮੇਰੇ ਖਿਆਲ ਨਾਲ ਕਿ ਜਿਸ ਜਿਹੜੇ ਫਨਕਾਰਾਂ ਦਾ ਹੱਥ ਪੈਂਦਾ ਨਾ ਜਾਂ ਜਿਹੜੇ ਜਿਨ੍ਹਾਂ ਦੀ ਪੀਆਰ ਅੱਛੀ ਹੈ ਜਿਹੜੇ ਸਾਹਿਬੇ ਇਕਤਦਾਰ ਲੋਕਾਂ ਦੇ ਨਾਲ ਬੈਨ ਖਲੋਣੇ ਉਹਨਾਂ ਨੂੰ ਪ੍ਰੋਸੈਸ ਦਾ ਪਤਾ ਹੈ ਅੱਛਾ ਕਿ ਭਈ ਇਹ ਤੁਸੀਂ ਜਿਹੜੇ ਸਰਕਾਰ ਨੇ ਤੁਹਾਨੂੰ ਕੀਤਾ ਤੁਹਾਡੇ ਲਈ ਫੰਡ ਅਲੋਕੇਟ ਕੀਤਾ ਹੈ ਉਹਨ ਕਿਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਸਾਨੂੰ ਤੇ ਪਤਾ ਹੀ ਨਹੀਂ ਇਹ ਨਾ ਗੱਲਾਂ ਦਾ ਨਹੀਂ ਤੇ ਇਹ ਪਤਾ ਕੌਣ ਦੱਸੇਗਾ ਕਿਸ ਤਰ੍ਹਾਂ ਸਾਨੂੰ ਅਵੇਰਨੈਸ ਮਿਲੇਗੀ ਕਿ ਆਹ ਉਹਨਾਂ ਵੱਡਿਆਂ ਦਾ ਫਰਜ਼ ਨਹੀਂ ਬੰਦਦਾ ਜਿਨ੍ਹਾਂ ਦਾ ਤੁਸੀਂ ਕਹਿਦੇ ਹੋ ਕਿ ਇਹ ਅਵੇਰਨੈਸ ਅੱਗੇ ਵੀ ਦੇਣ ਜਿੰਨਾ ਦਾ ਹੱਕ ਹੈ ਉਹਨਾਂ ਤੱਕ ਦੇ ਉਹ ਅੱਗੇ ਕਿਉਂ ਦੇਣਗੇ ਉਹ ਅੱਗੇ ਦੇ ਅਗੇ ਆਪਣੇ ਆਪਣੇ ਹਿੱਸੇ ਵੰਡਾ ਲੈਣਗੇ ਉਹ ਕਿਉਂ ਅੱਗੇ ਦੇਣਗੇ ਤੇ ਅਸੀਂ ਇਸ ਗੱਲ ਤੇ ਕੋਈ ਨਹੀਂ ਬੋਲਾਂਗੇ ਕਿ ਨਹੀਂ ਨਹੀਂ ਅਸੀਂ ਅਸੀਂ ਇਸ ਤਰ੍ਹਾਂ ਹੀ ਜਿਵੇਂ ਟੈਡੀ ਨਾਲ ਹੋਣਦੇ ਸਾਡਾ ਇਸੇ ਹੋਏਗਾ ਸਾਨੂੰ ਇਹ ਜਦੋਂ ਕਾਫੀ ਨੁਕਸਾਨ ਹੋ ਜਾਏਗਾ ਸਾਡਾ ਬਿਲਕੁਲ ਅਸੀਂ ਬਰਦਾਸ਼ਤ ਤੋਂ ਬਾਹਰ ਹੋ ਜਾਏਗਾ ਫਿਰ ਅਸੀਂ ਇੰਨਾਂ ਗੱਲਾਂ ਦੇ ਸ਼ਹਿ ਸੋਚ ਲਈ ਹਾਲੇ ਤੱਕ ਜੋ ਕਿ ਗੁਜ਼ਾਰਾ ਹੋ ਰਿਹਾ ਤੇ ਇਸ ਲਈ ਕਰੀ ਜਾ ਰਹੇ ਨੇ ਸਾਰੇ ਸਰ ਦੇਖੋ ਕਿ ਮੇਰੇ ਵੀ ਕੋਈ 30 40 ਸਾਲ ਦੀ ਵਬਸਤਗੀ ਹੈ ਤੁਹਾਡੇ ਨਾਲ ਐਜ਼ ਐਨ ਐਕਟਰ ਅਸੀਂ ਇਕੱਠਿਆਂ ਕੰਮ ਕੀਤਾ ਐਜ਼ ਅ ਪ੍ਰੋਡਿਊਸਰ ਐਜ਼ ਅ ਡਾਇਰੈਕਟਰ ਐਜ਼ ਅ ਰਾਈਟਰ ਤੇ ਅਸੀਂ ਤੇ ਮੈਂ ਤੇ ਆਪਣੀ ਜ਼ਿੰਦਗੀ ਚ ਜੋ ਵੀ ਦੇਖਿਆ ਵੇ ਉਹ ਮੇਰੇ ਕੋਲ ਮਹਫੂਜ਼ ਹੈ ਉਹ ਵਕਤਾਂ ਦੇ ਉੱਤੇ ਮੈਂ ਸਾਰਾ ਕੁਝ ਸਾਹਮਣੇ ਰੱਖਾਂਗਾ ਲੇਕਿਨ ਅਜੇ ਮੈਂ ਹਮ ਖਿਆਲ ਦੇਖ ਰਿਹਾ ਕਿ ਵੀ ਮੇਰਾ ਕੋਈ ਜਿਹੜਾ ਇਸ਼ੂ ਹੈ ਕਿਦਰ ਮੈਂ ਗਲਤ ਪਾਸੇ ਤੇ ਨਹੀਂ ਟੁਰ ਰਿਹਾ ਇਹੀ ਵਜ੍ਹਾ ਹੈ ਕਿ ਤੁਹਾਡੇ ਲੋਕਾਂ ਨੂੰ ਆਰਟਿਸਟਾਂ ਨੂੰ ਬੁਲਾ ਕੇ ਮੈਂ ਚਾਹ ਰਿਹਾ ਵਾਂ ਕਿ ਤੁਸੀਂ ਦੱਸੋ ਸਾਨੂੰ ਅਗਰ ਕੋਈ ਸਾਨੂੰ ਸਾਡੇ ਸਰਕਾਰਾਂ ਵਾਸਤੇ ਕੋਈ ਫੰਡ ਸਾਡੇ ਮੁਖਤਸ ਹੁੰਦਾ ਹੈ ਗਵਰਨਮੈਂਟ ਵੱਲੋਂ ਹੈ ਸਰਕਾਰ ਵੱਲੋਂ ਤੇ ਉਹ ਉਹਦੇ ਵਿੱਚ ਅਗਰ ਕੋਈ ਬੇਈਮਾਨੀ ਕਰਦਾ ਹੈ ਉਹ ਭਾਵੇਂ ਸਾਡਾ ਫਨਕਾਰ ਹੈ ਭਾਵੇਂ ਉਹ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਹੈ ਭਾਵੇਂ ਉਹ ਮੇਰਾ ਮਤਲਬ ਹੈ ਕੋਈ ਸਰਕਾਰੀ ਬੰਦਾ ਹੈ ਠੀਕ ਹੈ ਨਾ ਜੀ ਉਹ ਬਹੁਤ ਉਹ ਮੁਜਰਮ ਹੈ ਉਹ ਕ੍ਰਿਮੀਨਲ ਆਦਮੀ ਹੈ ਉਹਨੂੰ ਬੜੇ ਸਖਤ ਤੋਂ ਸਖਤ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਜੋ ਸਾਰੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ ਉਹਦੇ ਜਿਹੜੇ ਜਿੰਨੇ ਵੀ ਅਸਾਸੀ ਨੇ ਜੋ ਉਹਨੂੰ ਬਿਲਕੁਲ ਜੋ ਯਾਨੀ ਕਿ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜਿਹੜਾ ਸਾਡੇ ਫਨਕਾਰਾਂ ਦੇ ਫੰਡ ਨੂੰ ਵਿੱਚ ਕੋਈ ਬੇਈਮਾਨੀ ਕਰਦਾ ਹੈ ਜਾਂ ਉਹਨਾਂ ਦੇ ਵਿੱਚ ਕੋਈ ਡੰਗਬਾਜ਼ੀ ਕਰਦਾ ਹੈ ਤੇ ਉਹਨੂੰ ਬਹੁਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਸਾਨੂੰ ਪਤਾ ਹੀ ਨਹੀਂ ਇਹ ਕੌਣ ਕਰਦਾ ਹੈ ਜੀ ਤੁਸੀਂ ਇਸ ਗੱਲ ਤੇ ਤੇ ਐਗਰੀ ਹੋ ਕੇ ਵੀ ਇਹ ਕ੍ਰਾਈਮ ਹੋ ਰਿਹਾ ਹੈ ਔਰ ਸਾਲਾ ਸਾਲ ਤੋਂ ਇਹ ਕ੍ਰਾਈਮ ਡੈਫੀਨਿਟ ਹੋ ਰਿਹਾ ਜੀ ਡੈਫੀਨਿਟ ਹੋ ਰਿਹਾ ਦੇਖੋ ਮੇਰੀ ਗੱਲ ਨੂੰ ਲੇਕਿਨ ਇਹਦੇ ਤਰੀਕੇ ਨਾਲ ਹਸਨ ਸਾਹਿਬ ਮਿਸਾਲ ਤੌਰ ਤੇ ਮੇਲਾ ਲਾਉਂਦੇ ਨੇ ਕੀ ਨਾਂ ਹੈ ਮੇਲਾ ਲਾ ਕੇ ਫੈਸਟੀਵਲ ਹੁੰਦਾ ਹੈ ਕਦੀ ਪੁਤਨੀਆਂ ਦਾ ਹੋ ਜਾਂਦਾ ਹੈ ਕਦੀ ਇਹ ਸਾਰਾ ਫਰਾਡ ਹੁੰਦਾ ਹੈ ਇਹ ਹੋਰ ਕੀ ਹੁੰਦਾ ਹੈ ਸਰਕਾਰੀ ਤੌਰ ਤੇ ਸਰਕਾਰ ਕੋਲੋਂ ਪੈਸੇ ਲੈ ਕੇ ਕਰੋੜਾਂ ਰੁਪਏ ਤੇ ਲੱਖਾਂ ਦੇ ਵੀ ਨਹੀਂ ਹੁੰਦਾ ਕੁਛ ਇਹਦੇ ਵਿੱਚ ਹਾਂ ਖਰਚਾ ਠੀਕ ਹੈ ਇਹ ਇਹ ਨੂੰ ਕੀ ਕਹਾਂਗੇ ਤੁਸੀਂ ਇਹ ਇਹ ਯਾਨੀ ਕਿ ਇੱਕ ਫਰਾਡ ਇਹ ਕਿ ਕਾਗਜ਼ਾਤਾਂ ਦਾ ਟਰਡ ਭਰਿਆ ਜਾਂਦਾ ਜਾਂਦਾ ਤੇ ਉਹ ਹਰ ਪਾਕਿਸਤਾਨ ਦੇ ਹਰ ادارے ਦੇ ਵਿੱਚ ਪਾਕਿਸਤਾਨ ਦੇ ਹਰ ਯਾਨੀ ਕਿ ਪ੍ਰੋਜੈਕਟ ਦੇ ਵਿੱਚ ਇਹ ਬੇਈਮਾਨੀ ਹੈ ਉਸੇ ਤਰ੍ਹਾਂ ਸਾਡੇ ਫੀਲਡ ਵਿੱਚ ਵੀ ਹੈ ਲੇਕਿਨ ਐਸ ਵੇਲੇ ਜਿਹੜਾ ਵਕਤ ਚੱਲ ਰਿਹਾ ਹੈ ਇੱਕ ਸੋਸ਼ਲ ਮੀਡੀਆ ਦਾ ਵਕਤ ਹੈ ਤੁਸੀਂ ਆਪਣੀ ਆਵਾਜ਼ ਬਲੰਦ ਕਰ ਸਕਦੇ ਹੋ ਔਰ ਦੇਖੋ ਕਿ ਸਾਬਕਾ ਵਜ਼ੀਰ اعظم Imran Khan ਸਾਹਿਬ ਇੱਕ ਗੱਲ ਸ਼ੁਰੂ ਹੋਈ ਨਾ ਕਿ ਅਰਬ ਰੁਪਏ ਦੀ ਪਤਾ ਨਹੀਂ ਕਿੰਨੇ ਦੀ ਘੜੀ ਐਨੇ ਚ ਵੇਚਦੀ ਜਦ ਕਿ ਇਸ ਰੰ ਦੀ ਗੱਲਾਂ ਉਹ ਇਤਿਹਾਸ ਸ਼ੁਰੂ ਹੋ ਗਏ ਨੇ ਹਾਂ ਇੱਕ ਬੜੀ ਅੱਛੀ ਗੱਲ ਹੋਈ ਹੈ ਕਿ ਵੀ ਇਹਦੇ ਚ ਕੋਈ ਵੀ ਹੁਣ ਬਰੇ ਜ਼ਮਾਨੀ ਹੋ ਸਕਦਾ ਜਿਨ੍ਹਾਂ ਜਿਨ੍ਹਾਂ ਜੋ ਕ੍ਰਾਪਸ਼ਨ ਕੀਤੀ ਹੈ ਜਾਂ ਮਤਵਾਤਰ ਕਰ ਰਹੇ ਹੈ ਲੇਕਿਨ ਇਹ ਹੈਗਾ ਕਿ ਇਹ ਜਿਨ੍ਹਾਂ ਦਾ ਘਰ ਲੁੱਟਿਆ ਗਿਆ ਉਹ ਤੇ ਕੁਝ ਤੇ ਨਿਸ਼ਾਨਦੇਹੀ ਕਰਨਗੇ ਕੋਈ ਮੁਦਈ ਤੇ ਬਨਨਗੇ ਕੋਈ ਪਰਚਾ ਤੇ ਉਹਨਾਂ ਦੇ ਲੋ ਹੋਏਗਾ ਹਾਂ ਕਿਉਂ ਨਹੀਂ ਸਾਨੂੰ ਮੈਨੂੰ ਮੈਂ ਆਪਣੀ ਜ਼ਾਤੀ ਤੌਰ ਤੇ ਗੱਲ ਕਰ ਰਿਹਾ ਅਗਰ ਮੈਨੂੰ ਕਿਸੇ ਐਸੀ ਚੀਜ਼ ਦਾ ਇਲਮ ਹੋਵੇ ਹਾਂ ਕਿ ਫਲਾਣਾ ਬੰਦਾ ਜਾਂ ਫਲਾਣਾ ਕੋਈ ਅਫੀਸਰ ਜਾਂ ਕੋ ਫਲਾਣਾ ਕੋਈ ਸੀਨੀਅਰ ਆਰਟਿਸਟ ਜਾਂ ਫਲਾਣਾ ਸੀਨੀਅਰ ਫਲਾਣਾ ਜੋ ਵੀ ਕੋਈ ਐਸਰ ਨਾਲ ਸਾਡੇ ਨਾਲ ਸਾਡੇ ਕਮਿਊਨਿਟੀ ਨਾਲ ਜਾਂ ਸਾਡੇ ਕਿਸੇ ਕਲਾਕਾਰ ਨਾਲ ਐਸਰ ਦਾ ਪ੍ਰੋਡ ਕਰ ਰਿਹਾ ਮੈਂ ਤੇ ਬਹੁਤ ਸਖਤ ਉਹਦੇ ਖਿਲਾਫ ਐਕਸ਼ਨ ਲਾਂਗ ਨਹੀਂ ਤੇ ਐਕਸ਼ਨ ਤੋਂ ਮੁਰਾਦ ਕਿ ਮੈਂ ਤੇ ਹਰ ਪਲੇਟਫਾਰਮ ਤੇ ਜਾਵਾਂਗਾ ਕਿ ਵੀ ਆਏ ਅਦਾਲਤੋਂ ਲੈ ਕੇ ਥਾਣਾ ਕਿਚਾਰੇ ਤੋਂ ਲੈ ਕੇ ਕੋਰਟ ਤੋਂ ਲੈ ਕੇ ਹਰ ਹਰ ਚੀਜ਼ ਹਰ ਜਗ੍ਹਾ ਤੇ ਮੈਂ ਉਹਦੇ ਖਿਲਾਫ ਐਕਸ਼ਨ ਲਾਵਾਂਗਾ ਔਰ ਉਹ ਖਲੋਬੈਕ ਲੋਤਾਂ ਮੇਰੇ ਸਾਹਮਣੇ ਕਿ ਬਈ ਤੇ ਮੈਂ ਇਹ ਨਹੀਂ ਕਰਨ데요ਗਾ ਨਹੀਂ ਤੇ ਕੀ 50 30 ਸਾਲ ਤੋਂ ਆਸਿਫ ভাই ਤੁਸੀਂ ਕਿ ਸੁੱਤੇ ਹੋ ਕਿ ਸਾਨੂੰ ਲੁੱਟੀ ਜਾ ਰਹੇ ਨੇ ਔਰ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਕੌਣ ਚੋ ਰਹੇ ਔਰ ਕੌਣ ਸਾਨੂੰ ਲੁੱਟ ਰਹੇ ਬਹੁਤ ਸੇ ਦੇਖੋ ਮੈਂ ਤੁਹਾਨੂੰ ਕਿੰਨੇ ਕਿਨੇੜ ਤੇ ਨਾਮ ਵਿੱਚ ਲੈ ਬਿਠਾ ਕਿ ਇਹ ਬੁਖਤਰੀ ਤਰੀਕੇ ਨੇ ਇਹਦੇ ਹੂੰ ਹੂੰ ਮੇਰਾ ਉਨਮਿਸਾਲ ਮੈਂ ਮੈਂ ਬਣਾ ਜਾਂ ਤੁਸੀਂ ਉਹ ਤੁਹਾਡਾ ਅਗਰ ਕਲਚਰ ਮਿਨਿਸਟਰ ਵਾਕਫ ਹੋਤੇ ਤੁਸੀਂ ਲੱਖਾਂ ਕਰੋੜਾ ਕਮਾ ਸਕਦੇ ਹੋ ਹੂੰ ਹੂੰ ਲੇਕਿਨ ਸਾਡੇ ਚੋ ਕਿਸੇ ਦਾ ਕਲਚਰ ਮਿਨਿਸਟਰ ਵਾਕਫ ਹੀ ਨਹੀਂ ਹੂੰ ਹੂੰ ਸਾਡੀ ਨਹੀਂ ਅਪਰੋਚ ਹੀ ਨਹੀਂ ਅਸੀਂ ਉਹ ਕੋ ਜਾ ਹੀ ਨਹੀਂ ਸਕਦੇ ਜਾਂ ਉਹ ਸਾਨੂੰ ਮਿਲਣਾ ਪਸੰਦ ਹੀ ਨਹੀਂ ਕਰਦਾ ਹੂੰ ਹੂੰ ਤੇ ਜਿਹੜੇ ਉਹਦੇ ਉਹਦੇ ਨਾਲ ਜਿਹੜੇ ਮਿਸਾਲ ਦਰ ਦੇ ਕੁਝ ਐਸੇ ਵੀ ਨਹੀਂ ਸਾਡੇ ਆਰਟਿਸਟਾਂ ਕਿਸ ਤਰ੍ਹਾਂ ਦੇ ਵਿਚ ਐਸੇ ਲੋਕ ਵੀ ਨੇ ਜਿਹੜੇ ਜਿਹੜੀ ਉਹਨਾਂ ਨੇ ਬਿਆਨ ਕਰੋਣੇ ਜਾਂ ਅੱਛਾ ਤਰੀਕਾ ਨਾਲ ਪੀਆਰ ਦੇ ਉਹ ਬੜੀ ਉਹ ਬੜੀ ਲਾ ਰਹੇ ਨੇ ਬੜੀ ਵਧੀਆ ਨਹੀਂ ਤੇ ਜਿਹੜੇ ਹੁਣ ਅਸੀਂ ਇਹਨਾਂ ਨੂੰ ਕੀ ਕਹਿ ਸਕਨੇ ਆ ਇਸ ਗੱਲ ਤੋਂ ਗੱਲ ਇਹ ਵੇ ਕਿ ਭਈ ਮੈਂ ਇਹ ਕਹਿ ਰਿਹਾ ਮੈਂ ਕਿ ਇੱਕ ਨਾਂ ਲੈ ਰਹੇ ਮਿਸਾਲ ਦੇ ਤੌਰ ਤੇ ਮੈਂ ਕਹਿ ਰਿਹਾ ਜੀ ਕਿ ਫੁਲਾਣਾ ਆਰਟਿਸਟ ਜਿਹੜਾ ਕੋਈ ਵੀ ਮਸਲ ਅਸ਼ਰਫ ਖਾਨ ਆਏ ਹੂੰ ਸਾਡਾ ਉਹ ਬੇਈਮਾਨੀ ਕਰ ਰਿਹਾ ਜੀ ਉਹਦਾ ਉਹ ਕਿਉਂਕਿ ਉਹ ਉਹ ਜਿਵੇਂ ਸ਼ਰੀਫ ਆ ਇਕ شریف ਆਦਮੀ ਮਿਸਾਲ ਦੇ ਵਿੱਚ ਜੋ ਪੈਸੇ ਆਮ ਮਿਸਾਲ ਦੇ ਦੇ ਰਿਹਾ ਕੋਈ ਵੀ ਫਨਕਾਰ ਅਗਰ ਕਰ ਰਿਹਾ ਫਨ ਕੋਈ ਵੀ ਫਨਕਾਰ ਬੇਈਮਾਨ ਕਰੇ ਤੇ ਉਹਨੂੰ ਬਿਲਕੁਲ ਬਿਲਕੁਲ ਉਹਨੂੰ ਮੇਰਾ ਮਤਲਬ ਹੈ ਕਿ ਮਾਫ ਨਾ ਕੀਤਾ ਜਾਏ ਨਹੀਂ ਕੀਤਾ ਜਾਣਾ ਚਾਹੀਦਾ ਠੀਕ ਔਰ ਇੱਕ ਦਿਨ ਇੱਕ ਦਿਨ ਸਰਕਾਰੇ ਲੈ ਉਹ ਦੂਸਰਾ ਸਾਡੀ ਬਰਾਦਰੀ ਨੂੰ ਦੇ ਖਿਲਾਫ ਬਿਹਤਰੀਨ ਇحتਜਾਜ ਕਰਨਾ ਚਾਹੀਦਾ ਹੈ ਉਹਦੇ ਨਾਲ ਬਾਈਕਾਟ ਕਰਨਾ ਚਾਹੀਦਾ ਹੈ ਉਹਨੂੰ ਬਕਾਇਦਾ ਜਾ ਕੇ ਲੜਨ ਤਾਨ ਕਰਨੀ ਚਾਹੀਦੀ ਹੈ ਉਹਦਾ ਸੋਸ਼ਲ ਬਾਈਕਾਟ ਕਰਨਾ ਚਾਹੀਦਾ ਔਰ ਉਹਨੂੰ ਸਮਝੋ ਜਿਸ ਨਾਲ ਉਹ ਜਿਸ ਨਾਲ ਉਹ ਤੰਗ ਹੋਵੇ ਉਹਨੂੰ ਉਹਦੀ ਜ਼ਿੰਦਗੀ ਤੰਗ ਕਰ ਦੇਣੀ ਚਾਹੀਦੀ ਹੈ ਠੀਕ ਹੈ ਨਾ जिने ਸਾਡੀ ਜ਼ਿੰਦਗੀ ਤੋ ਜਿਨ੍ਹਾਂ ਨੇ ਸਾਨੂੰ ਖਰਾਬ ਕੀਤਾ ਉਹਨੂੰ ਵੀ ਬਹੁਤ ਜ਼ਿਆਦਾ ਖਰਾਬ ਉਹਦੇ ਬੱਚੇ ਵੀ ਉਹਨੂੰ ਕਹਿਣ ਲੱਗ ਪੈਣਗੇ ਪਾਪਾ ਕੋਈ ਹਿਸ਼ਾਮਤ ਕਰੋ ਕੋ ਹਯਾ ਕਰ ਦੋ ਵੀ ਬੇਇਮਾਨ ਆਦਮੀ ਹੋ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਸਾਰੀ ਦੁਨੀਆ ਤੁਹਾਨੂੰ ਬੇਇਮਾਨ ਬੇਇਮਾਨ ਕਰੇ ਸਾਡੀ ਜ਼ਿੰਦਗੀ ਖਰਾਬ ਕਰ ਰਿਹਾ ਜ਼ਬਰ ਨਿਕਲਦਾ ਹੁੰਦਾ ਉਹਨੂੰ ਤੰਗ ਬੈਰ ਉਹ ਸਮਝ ਇਹ ਤੰਗ ਉਹਨੂੰ ਉਹਨੂੰ ਵੀ ਉਹਦੀ ਵੀ ਜ਼ਿੰਦਗੀ ਤੰਗ ਕਰ ਦੇਣੀ ਚਾਹੀਦੀ ਮੈਂ ਆਪਣੇ ਆਡੀਅנס ਨੂੰ ਵੀ ਦੱਸਣਾ ਚਾਹਨਾ ਕਿ ਤੁਸੀਂ ਇਹ ਤਾਂ ਜੋ ਸਾਰੀ ਜ਼ਿੰਦਗੀ ਕਮਾਣਦੇ ਨੇ ਤੇ ਪਤਾ ਨਹੀਂ ਉਜਾੜਦੇ ਨੇ ਔਰ ਇਹ ਕਰਦੇ ਨੇ ਜੋ ਇੱਕ ਬਦਨਾਮੀ ਆ ਸਾਡੀ ਫੀਲਡ ਨਾਲ ਮੁੰਸਲੀ ਕਿੰਨੇ ਇਹ ਚੰਦ ਐਸੇ ਫਨਕਾਰ ਹੁੰਦੇ ਨੇ ਜਿਨ੍ਹਾਂ ਦੀ ਪੋਜੀਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਸ ਨਾਲ ਕਿ ਤਾਰਕ ਟੈਡੀਆ ਦੀ ਰੀਸੈਂਟਲੀ ਜਿਹੜਾ ਇਹ سلسلہ ਚੱਲਦੇ ਆ ਕਿ ਇਹਨੇ ਬਹੁਤ ਪੈਸੇ ਲਾਏ ਨੇ ਸਾਰੇ ਆਰਟਿਸਟਾਂ ਨੇ ਮਿਲ ਕੇ ਕਰਦੇ ਪਏ ਨੇ ਕੀਤਾ ਉਹਨਾਂ ਨੇ ਲੇਕਿਨ ਇੱਕ ਟਾਈਮ ਹੁੰਦਾ ਯਾਰ ਖੂ ਖਾਲੀ ਹੋ ਜਾਂਦੇ ਨੇ ਜੱਡੀ ਵੱਡੀ ਉਹਨੂੰ ਬਿਮਾਰੀ ਏ ਉਹਨੂੰ ਵੀ ਕਮ ਇਸ ਕਮ ਉਹਦਾ ਟ੍ਰਾਂਸਪਲੈਂਟੇਸ਼ਨ ਇਹ ਉਹ ਕਰੋੜ ਦਾ ਖਰਚਾ ਹੈ ਤਕਰੀਬਨ ਤੇ ਇਹ ਬੜੀ ਬਿਗ ਅਮਾਉਂਟ ਹੁੰਦੀ ਹੈ ਦੇ ਨਾਲੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਾਂ ਕਿ ਜਿਹੜੇ ਆਰਟਿਸਟ ਐਵੇਂ 5-7 ਉੱਭਰਦੇ ਨੇ ਨਾ ਕਈ ਸਾਲਾਂ ਵਿੱਚੋਂ ਜਿਹੜੇ ਸਟਾਰ ਬਣਦੇ ਨੇ ਅਲਹਮਦੁਲillah ਉਹਨਾਂ ਵਿੱਚ ਵੀ ਇਹ 5-6 ਸਾਲ ਲਈ ਇਹਨਾਂ ਦਾ ਰੋਜ਼ ਦਾ ਟਾਈਮ ਹੁੰਦੋ ਤੇ ਕਿੰਨਾ ਕਿ ਕਮਾ ਲੈਣਦੇ ਨੇ ਔਰ ਫਿਰ ਫਨਕਾਰ ਹੱਥ ਦਾ ਬੜਾ ਖੁੱਲਾ ਖਰਚੀਲਾ ਬਾਦ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਬਈ ਇਹ ਆਪਣਾ 네ਗੇਟਿਵ ਸੈਟਨ ਸੋਲ ਇਹ 네ਗੇਟਿਵ ਅਪਰੋਚ ਵਾਲ ਲੋਕ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਜਿਹਨਾਂ ਨੂੰ ਇਸ ਗੱਲ ਦੀ ਮਜ਼ਾ ਹੁੰਦਾ ਕਿ ਅਗਲੇ ਬੰਦੇ ਦੀ ਕਮੀ ਨੂੰ ਸਪਲਾਈਟ ਕਰਕੇ ਠੀਕ ਨੇ ਜੀ ਸੋ ਇਹ ਵਿੱਚ ਹੁੰਦੇ ਨੇ ਬੰਦੇ ਕਈ ਪਰ ਮਤਲਬ ਹੱਦੋਂ ਇੱਕ ਮੈਂ ਉਹੀ ਕਲੀਅਰ ਕਰਨਾ ਚਾਹੁੰਦਾ ਕਿ ਵੀ ਸਾਨੂੰ ਹਮਦਰਦੀ ਤਾਰਕ ਟੈਡੀ ਨਾਲ ਲੈ ਉਹਦੀ ਜ਼ਾਤੀ ਜਿਹੜੀ ਮਸਲਾ ਹੈਗਾ ਕਿ ਤਾਂ ਪੈਸੇ ਦੀ ਜ਼ਾਤ ਤੇ ਕੋ ਗੱਲ ਕਰਦਾ ਹਾਂ ਅਗਰ ਜੇ ਉਹ ਜੋ ਹਾਲਾਤ ਨੇ ਜਾਂ ਜੋ ਅਗਰ ਉਹ ਪੈਸੇ ਉਹਨੂੰ ਐਸ ਫਿਲਹਾਲ ਨਹੀਂ ਹੈਗੇ ਤੇ ਉਹ ਇਹ ਕੋਈ ਇਸ਼ੂ ਨਹੀਂ ਹੈਗਾ ਇਹ ਮੇਰਾ ਮਤਲਬ ਇਹ ਉਹਨੇ ਪੈਸੇ ਪੁੱਛਦੇ ਉਸ ਹਰ ਜ਼ਿੰਦਗੀ ਉਹਨੇ ਆਪਣੇ ਮਨਮੋਦ ਜ਼ਿੰਦਗੀ ਬੜੇ ਚਿੱਤ੍ਰਿਕਾ ਗੁਜ਼ਾਰੀ ਹੈ ਇਹ ਬੱਚੇ ਬੱਚੇ ਇਹ ਉਹ ਕਾਣਾ ਪ੍ਰਕਾਰ ਦੇ ਉਹ ਤੇ ਪੈਸੇ ਨਾਲ ਹੀ ਨਾ ਸਾਰਾ ਕੁਝ ਇਹ ਕੋਈ ਇਹ ਕੋਈ ਫਰੀ ਖਾਤੇ ਥੋੜਾ ਤੇ ਉਹ ਇੱਕ ਟਾਈਮ ਐਸਾ ਆ ਵੀ ਜਾਂਦਾ ਕਿਸੇ ਲਈ ਕਿ بڑے بڑے ਕਰੋੜਾ ਪਤੀ ਆਦੇ ਆਂ ਬڑے بڑے ਮਨ ਅਰਪਤੀ ਆਦੇ ਹੋਜੇ ਟਾਈਮ ਆਦੇ ਕਿ ਵੀ ਉਹ ਕੋਈ ਨਹੀਂ ਹਲਾਤ ਕਿਸੇ ਲਈ ਜੀ ਜੀ ਸੋ ਇਹ ਕੋਈ ਚੇਜ਼ਾ ਲੈਣ ਦੀ ਗੱਲ ਨਹੀਂ ਹੁੰਦੀ ਐ ਕੋਈ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੁੰਦੀ ਕੋਈ ਐਸੀ ਗੱਲ ਨਹੀਂ 노 ਪ੍ਰੋਬਲਮ ਬਈ ਉਹਨੂੰ ਡੈਡੀ ਨੂੰ ਮਸਾਲ ਤੌਰ ਤੇ ਐਸਲੇ ਉਹਨੂੰ ਤਕਲੀਫ ਆਈ ਏ ਔਰ ਉਹਨੂੰ ਪੈਸੇ ਦਾ ਕੋਈ ਸ਼ਾਰਟ ਨਹੀਂ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਕੀ ਹੋਇਆ ਲੱਗੇ ਨੇ ਸਾਰੇ ਨਾਲ ਨਾਲ ਗੱਲੇ ਨੇ ਹਰ ਬੰਦਾ ਕੋਈ ਮਸਲਾ ਹੀ ਨਹੀਂ ਗਵਰਨਮੈਂਟ ਵੀ ਕਰ ਰਹੀ ਹੈ ਦੋਸਤ ਜਵਾਬ ਵੀ ਕਰ ਰਹੇ ਨੇ ਸਾਰੇ ਠੀਕ ਹੈ ਟਾਈਮ ਟੱਪ ਜਾਏਗਾ ਫਿਰ ਕੰਮਨ ਲੱਗ ਪਏਗਾ ਠੀਕ ਹੋ ਜਾਏਗਾ ਇਹ ਇਹ ਜਿਹੜੇ ਬੰਦੇ ਇਸ ਗੱਲ ਨੂੰ ਇਸ਼ੂ ਬਣਾ ਲੈਦੇ ਨੇ ਜਾਂ ਇਸ ਗੱਲ ਤੋਂ ਆ ਕੇ ਤੇ ਫਿਰ ਦੇਖੋ ਜੀ ਇਹਨਾਂ ਕਿੱਥੇ ਜਾਏ ਕਿੱਥੇ ਖਾਏ ਖਾਦੇ ਅੱਜ ਕਰਦੇ ਜਾਂ ਅਸ਼ਰੇ ਨੇ ਤੇ ਯਾਜ ਤੇ ਮਰੇ ਤੇ ਆਪਣੇ ਘਰ ਵੀ ਤੇ ਵੇਖਦੇ ਰਾ ਪੇਰਾ ਪਿਓ ਰੇ ਕਿੰਨਾ ਕੋਈ ਯਾਸ਼ ਸੀ ਜਿਹੜਾ ਤੂੰ ਬੈ ਕੇ ਇਤਰਾਜ਼ ਕਰਨਾ ਆਪਣੇ ਪਿਓ ਦਾ ਦੇਦਾ ਦੇ ਵੇਖ ਉਹਨਾਂ ਨੇ ਕਿਹੋ ਜਿਹਾ ਮਹੱਲ ਪਾਇਆ ਉਹ ਵੀ ਹੋਰੇ ਜਾ ਕਿੰਨੇ ਕੋਈ ਯਾਸ਼ ਸਾਨੂੰ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਨੇ ਸਿਸਟਮ ਡਿਵੈਲਪ ਉਹ ਕਰਦੇ ਹੋਗੇ ਤੁਸੀਂ ਆਪਣੀ ਤਹਿਰੀਕ ਚਲਾਓ ਆਪਣੇ ਇਸ ਪਲੇਟਫਾਰਮ ਤੋਂ ਕਿ ਭਾਈ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਰਜਿਸਟ੍ਰੇਸ਼ਨ ਕਰਕੇ ਜਿਹਾ ਬੰਦਾ 10 15 ਸਾਲ ਤੋਂ ਇਸ ਫੀਲਡ ਨਾਲ ਮੁੰਸਲੀ ਕੇ ਉਹਨੂੰ ਜ਼ਿੰਦਗੀ ਦੀ ਜਿਹੜੀ ਜ਼ਰੂਰੀਅਤ ਨੇ ਉਹ ਉਹਨੂੰ ਦੇਣ ਉਦੇ ਬਦਲੇ ਉਹਨੂੰ ਕਹੋ ਨਾ ਵੀ ਐ ਤੂੰ ਜਿੰਨੇ ਦਿਨ ਤੂੰ ਕੰਮ ਕਰ ਰਿਹਾ ਐ ਇਹ ਇਹਨਾਂ ਨਾਲ ਦੇਈ ਜਾ ਇਹ ਪੂਰੀ ਦੁਨੀਆ ਇਹ ਸਿਸਟਮ ਚੱਲ ਰਿਹਾ ਹੈ ਸਮਝ ਬਿਲਕੁਲ ਸਹੀ ਹੈ ਇਹ ਸਿਸਟਮ ਚੱਲ ਰਿਹਾ ਹੈ ਕਿ ਉਹਨੂੰ ਘਰ ਵੀ ਦੇ ਇਹਨੂੰ ਗੱਡੀ ਵੀ ਦੇ ਇਹਨੂੰ ਮੈਡੀਕਲ ਵੀ ਦੇ ਇਹਨੂੰ ਉਹਦੀ ਸਟੱਡੀ ਵੀ ਰੱਖਣ ਬੱਚਿਆਂ ਦੀ ਤੇ ਉਹਦੇ ਬਦਲੇ ਉਹ ਦੇਖੋ ਇਹ ਬੇਸਿਕਲੀ ਇਹ ਹੈਗਾ ਤੇ ਸਬਸਿਡਾਈਜ਼ਡ ਪ੍ਰੋਗਰਾਮ ਹੀ ਹੈ ਹੈਗਾ ਤੇ ਇਹ ਵੀ ਕਿ ਬਈ ਇਹ ਯਾਨਕਿ ਇੱਕ ਸਰਕਾਰੀ ਤੌਰ ਤੇ ਅਕਨੋਲਜਮੈਂਟ ਵੀ ਹੈ ਔਰ ਪਲੱਸ ਫਨਕਾਰ ਦੀ ਹੈਲਪ ਵੀ ਹੈ ਠੀਕ ਹੈ ਜੀ ਗੱਲ ਤੇ ਉਹ ਹੀ ਹੈ ਲੇਕਿਨ ਇੱਕ ਬਾਇਸ ਦਾ ਤਰੀਕਾ ਹੈ ਕਿ ਭਈ ਉਹ ਉਹ ਵੀ ਆਪਣਾ ਜੋ ਭਾ ਰਹੇ ਉਹ ਹਲਕਾ ਫੁਲਕਾ 10% ਜਾਂ 20% ਉਹਦੇ ਹੀ ਜਾ ਰਹੇ ਹਰ ਮਹੀਨੇ ਉਹ ਲਈ ਜਾਓ ਤੇ ਤੁਸੀਂ ਉਹਨੂੰ ਹਰ ਚੀਜ਼ ਪਹੁੰਚਾ ਦੇ ਨਹੀਂ ਇਹ ਜਿਹੜੇ ਸੁਪਰਸਟਾਰਸ ਨੇ ਹੁਣ ਤੁਸੀਂ ਲੋਕ ਸੁਪਰਸਟਾਰ ਹੋ ਤੁਹਾਡੇ ਤੇ ਜ਼ਿੰਮੇਵਾਰੀ ਆਏ ਦੇ ਕੀ ਤੁਸੀਂ ਮਤਹਿਦ ਹੋ ਇਤਫਾਕ ਕਰਦੇ ਹੋ ਇਸ ਗੱਲ ਨਾਲ ਇਸ ਇਸ਼ੂ ਨੂੰ ਤੁਸੀਂ ਤੋੜ ਤੱਕ ਮੰਜ਼ਲੇ ਮਕਸੂਦ ਤੱਕ ਪਹੁੰਚਾਓ ਇਹ ਹੋ ਜਾਏ ਤੇ ਬੜੀ ਅੱਛੀ ਗੱਲ ਹੈ ਵਰਨਾ ਇਹ ਦੇਖੋ ਜੀ ਅੱਛੀ ਗੱਲ ਹੋਣਾ ਇੱਕ ਹੋਰ ਗੱਲ ਹੈ ਉਹ ਉਹਦੇ ਉਹਦੇ ਅਮਲ ਹੋਣਾ ਇੱਕ ਹੋਰ ਗੱਲ ਹੈ ਇਹ ਪਾਕਿਸਤਾਨ ਹੈ ਅਮਲ ਤਾਂ ਕਿਨੇ ਕਰਨਾ ਹੈ ਅਸੀਂ ਕਰਨਾ ਸਾਡੇ ਘਰ ਨੂੰ ਅੱਗ ਲੱਗੀ ਤੇ ਅਸੀਂ ਕਰੀਏ ਸਾਡੀ ਇਹ ਸਾਡੀ ਜੋ ਡਿਊਟੀ ਹੈ ਦੋਵੇਂ ਬਹਿ ਕੇ ਉਹ ਗੱਲ ਕਰ ਰਹੇ ਹਾਂ ਹਾਂ ਜੋ ਸਾਡੇ ਹੱਥ ਵਾਸਤੇ ਚ ਉਹ ਤੇ ਅਸੀਂ ਕਰ ਰਹੇ ਆ ਆਪਣੇ ਤੌਰ ਤੇ ਠੀਕ ਨੇ ਅਸੀਂ ਇਹ ਨਹੀਂ ਕਰ ਸਕ ਰਹੇ ਹਾਂ ਤੇ ਹੁਣ ਇਹ ਨੂੰ ਇਸ ਗੱਲ ਨੂੰ ਬਾਕੀ ਲੋਕਾਂ ਨੂੰ ਵੀ ਕੈਰੀ ਕਰਨਾ ਚਾਹੀਦਾ ਹੈ ਔਰ ਇਸ ਗੱਲ ਨੂੰ ਇਹਦੇ ਵਿੱਚ ਜਿਹੜੇ ਮੁਤਲਕਾਦਾਰੇ ਨੇ ਜਾਂ ਮੁਤਲਕਾ ਮੁਤਲਕਾ ਅਥਾਰਟिज ਨੇ ਉਹਨਾਂ ਨੂੰ ਬੈਠ ਕੇ ਡਿਸਕਸ ਕਰਨੀ ਚਾਹੀਦੀ ਗੱਲ ਹੈ ਹੋਲੀ ਹੋਲੀ ਜਾਵਾਂਗੇ ਅਸੀਂ ਆਪ ਹੀ ਅਸੀਂ ਇਨਸ਼ਾਅੱਲਾ ਪਹੁੰਚਾਂਗੇ ਸਾਰੇ ਤੋੜ ਤੱਕ ਹੋਲੀ ਹੋਲੀ ਉਹ ਮੁਤਲਕਾਦਾਰੇ ਗੋਲ ਮੁਤਲਕਾ ਬੰਦੇ ਹੈ ਗੋਲ ਠੀਕ ਹੈ ਜੀ ਤੇ ਉਹਨਾਂ ਨੂੰ ਇਹ ਸਾਰੀ ਗੱਲ ਸਮਝਾਵਾਂਗੇ ਤੇ ਹੋ ਸਕਦਾ ਉਹਨਾਂ ਨੂੰ ਸਮਝ ਆ ਜਾਵੇ ਕੁਝ ਵੀ ਨਹੀਂ ਇਡੀ ਕੋਈ ਗੱਲ ਨਹੀਂ ਗਈ ਬਈ ਲਾਹੌਰ ਸ਼ਹਿਰ ਇਥੇ ਕਿਧਰੇ 10 50 50 ਕ ਨਾਲ ਜਗਾ ਜਾਂ ਕਿ ਸੋਸਾਇਟੀ ਬਣੀ ਹੋਵੇ ਜਿਹਦੇ 500 ਘਰ ਹੋਵੇ ਤੇ ਸਾਰ ਫਨਕਾਰ ਭੁਗ ਜਾਂਦੇ ਨੇ ਬਿਲਕੁਲ ਸਹੀ ਠੀਕ ਨਾ ਜੀ ਤੇ ਕੀ ਮੇਰੇ ਬੰਦੇ ਰੋਏ ਕਿ ਹਜ਼ਾਰਾਂ ਗੱਡੀਆਂ ਬਰਬਾਦ ਹੋਣੀਆਂ ਹੁੰਦੀਆਂ ਨੇ ਤੇ ਇੱਕ ਗੱਡੀ ਦਿੱਤੀ ਹੋਵੇ ਇੱਕ ਮਕਾਨ ਦਿੱਤਾ ਹੋਵੇ ਨਾਲ ਉਹਦੇ ਸਕੂਲ ਤੇ ਸਕੂਲ ਬਣਿਆ ਹੋਵੇ ਕੁਝ ਵੀ ਨਹੀਂਗਾ ਮੈਂ ਕਹਿੰਦਾ ਸਾਨੂੰ ਕੁਝ ਨਾ ਦਿੱਤਾ ਜਾਵੇ ਬਸ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਬਸ ਆ ਜਿਹੜਾ ਵੀ ਹੱਕ ਹੈ ਉਹ ਕਿਸੇ ਸ਼ਕਲ ਚ ਇਹ ਬੇਸਿਕਲੀ ਹੈਗਾ ਸਟਾਈਲ ਇੱਕ ਵੈਲਫੇਅਰ ਸਟੇਟ ਦਾ ਜੀ ਜੀ ਇੱਕ ਵੈਲਫੇਅਰ ਸਟੇਟ ਦਾ ਕਨਸੈਪਟ ਇਹ ਹੁੰਦਾ ਹੈ ਠੀਕ ਹੈ ਜੀ ਜਿਹੜੀ ਜਿਹਨੂੰ ਤੁਸੀਂ ਫਲਾਈ ਰਿਆਸਤ ਕਹਿੰਦੇ ਹੋ ਨਾ ਉਹਦਾ ਮਤਲਬ ਇਹ ਹੀ ਹੁੰਦਾ ਹੈ ਠੀਕ ਹੈ ਜੀ ਕਿ ਬਈ ਇੰਜ ਕਰੋ ਇਹ ਸਾਰੀ ਦੁਨੀਆ ਜਿਹੜੇ ਸਿਸਟਮ ਚੱਲ ਰਿਹਾ ਹੈ ਕਿ ਗਵਰਨਮੈਂਟ ਹਰ ਚੀਜ਼ ਉਹਦੇ ਆਪਣੇ ਹਰ ਸਿਟੀਜ਼ਨ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰ ਰਹੀ ਹੈ ਯੂਕੇ ਵਾਲੇ ਯੂਰਪ ਵਾਲੇ ਠੀਕ ਹੈ ਜੀ ਇਹ ਹਰ ਬੰਦੇ ਨੂੰ ਹਰ ਸਿਟੀਜ਼ਨ ਨੂੰ ਆਪਣੇ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰ ਰਹੀ ਤੇ ਤੁਸੀਂ ਸਿਰਫ ਹੰਕਾਰਾਂ ਦੀ ਗੱਲ ਕਰ ਰਹੇ ਹੋ ਅਸੀਂ ਜਿਹੜਾ ਆਸ ਵਿੱਚ ਨਮਕ ਵੀ ਬਰਾਬਰ ਵੀ ਨਹੀਂ ਬਿਲਕੁਲ ਯਾਨੀ ਕਿ 5 3% ਵੀ ਨਹੀਂ ਬੰਦੇ ਉਹ ਉਹ ਉਹਨਾਂ ਦੀ ਉਹ ਗਵਰਨਮੈਂਟਾਂ ਦੀ ਕੋਸ਼ਿਸ਼ ਹੈ ਵੀ ਕਿ ਹਰ ਸਿਟੀਜ਼ਨ ਵਾ 3 ਇਹ ਮੇਰਾ ਮਤਲਬ ਹੈ ਕਿ ਕਰਨੇ ਨੰਬਰ ਵਾਇਡ ਕੋਸ਼ਿਸ਼ ਨੇ ਕਾਮਯਾਬ ਨੇ ਕਾਮਯਾਬ ਨੇ ਮੇਰੇ ਕੋਈ ਫੈਕਸ਼ਨ ਫਿਗਰਸ ਨਹੀਂ ਹੈ ਕਿ ਵਰਨਾ ਮੈਂ ਸਾਰੇ ਦੀ ਮੇਰਾ ਮਨਰਬੇ ਤੂੰ ਵੀ ਮੈਨੂੰ ਕੋਈ ਡਰ ਨਹੀਂ ਕਿਸੇ ਚੀਫ ਮਨਿਸਟਰ ਦਾ ਨਾਮ ਲੈਣ ਤੇ ਜਾਂ ਕਿਸੇ ਮਨਿਸਟਰ ਦਾ ਜਾਂ ਕਿਸੇ ਸੀਨੀਅਰ ਅਫਸਰ ਦਾ ਅਗਰ ਕੋਈ ਬਦਮਾਗਰ ਗਲਤ ਕੰਮ ਕਰ ਰਿਹਾ ਹੈ ਜਾਂ ਇੰਤਜ਼ਾਮੀ ਮੈਨੂੰ ਨਾ ਮੈਨਾਂ ਉਹਦੀ ਪੈਨਸ਼ਨ ਹੈ ਨਾ ਮੈਨੂੰ ਉਹਨਾਂ ਦਾ ਕੋਈ ਡਰ ਖੋਫ ਹੈ ਨਾ ਮੈਨੂੰ ਉਹਨਾਂ ਦਾ ਕੋਈ ਭਾਰ ਹੈ ਕਿ ਬਈ ਹੋਰ ਹੈ ਕਿ ਮੇਰੇ ਨਾਲ ਕੀ ਕਰਨਗੇ ਕੁਝ ਵੀ ਨਹੀਂ ਕਰਨਗੇ ਮੇਰੇ ਨਾਲ ਠੀਕ ਹੈ ਨਾ ਨਹੀਂ ਕੀ ਕਰ ਸਕਦੇ ਲੇਕਿਨ ਮੈਨੂੰ ਜੁਗਾਰੇ ਇਸ ਇਸ ਗੱਲ ਦਾ ਇ ਉਹ ਉਹ ਚੀਜ਼ਾ ਉਹ ਮੇਰੇ ਮੂਹ ਨਿਕਲੀ ਨਹੀਂ ਆ ਇਹ ਥੋੜਾ ਜਿਹਾ ਇਨਵੈਸਟੀਗੇਟ ਕਰਨੇ ਅਸੀਂ ਇਸ ਗੱਲ ਨੂੰ ਠੀਕ ਹੈ ਜੀ ਜੀ ਅਗਰ ਉਹ ਜਿਹੜਾ ਇੰਫੈਕਸ਼ਨਲ ਫਿਗਰ ਸਾਹਮਣੇ ਹੋਣਗੇ ਤੇ ਫੇਰ ਭਾਵੇਂ ਜਿਹੜਾ ਮੜੀ ਇਮਰਾਨ ਖਾਨ ਉਹ ਵਿੱਚ ਭਾਵੇਂ ਨਵਾਸ਼ਰੀ ਹੋਵੇ ਉਹ ਸਾਡੀ ਗੱਲਾਂ ਉਹ ਗੱਲਾਂ ਤਾਂ ਤੁਸੀਂ ਖਟੇਖਾਨੇ ਬਸ ਮੈਂ ਇਹ ਕਹਿੰਦਾ ਤੁਸੀਂ ਬੇਬਾਕ ਔਰ ਦਿਲ ਦੇ ਖਰੇ ਸੱਚੇ ਆਦਮੀ ਹੋ ਤੇ ਸਾਡੀ ਜ਼ਿੰਦਗੀ ਤੁਸੀਂ ਐਸ ਫੀਲਡ ਤੇ ਨੱਕ ਤੇ ਹੱਥ ਰੱਖ ਕੇ ਸੋਚੇ ਮੇਰਾ ਮਤਲਬ ਹੈ ਕਿ ਮੱਥੇ ਤੇ ਹੱਥ ਰੱਖ ਕੇ ਸੋਚੇ ਹੈ ਤੇ ਤੁਹਾਡੀ ਬੜੀ ਮਿਹਰਬਾਨੀ ਏ ਹੁਣ ਇਹਦੇ ਨਾਲ ਔਰ ਅਸੀਂ ਇਨਸ਼ਾਅੱਲਾ ਤਾਲਾ ਆਪਣੇ ਪਲੇਟਫਾਰਮ ਤੋਂ ਸਮਰਾ ਚੈਨਲ ਤੋਂ ਸ਼ੂਟ ਚੁੱਕੇ ਹੈ ਔਰ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ ਮੈਨੂੰ ਬੜੀ ਅੱਲਾ ਪਾਕ ਦੇ ਘਰ ਉਮੀਦ ਏ ਕਿ ਸਭ ਨੂੰ ਉਹਨਾਂ ਦਾ ਹੱਕ ਮਿਲੇਗਾ ਅਜੇ ਤਾਂ ਇਹ ਗੱਲ ਹੈ ਕਿ ਕੌਣ ਹੈ ਜੋ ਖਾ ਰਹਾ ਹੈ ਫਿਰ ਆਏਗਾ ਕਿ ਇਹ ਇਹ ਖਾ ਰਹੇ ਹਨ ਔਰ ਫਿਰ ਇਨਸ਼ਾਅੱਲਾ ਆਏਗਾ ਕਿ ਇਹ ਇਹ ਸੋਲੂਸ਼ਨ ਹੈ ਹਾਂ ਮੈਂ ਆਪਕੋ ਬਤਾਉਂਗਾ मुझे क्या बुरा था मरना अगर एक बार होता ऐसा नहीं है कि फनकार के लिए फंड नहीं है और वो हस्पतालों में बेारों मददगार बीमारी से लड़ता है और एक दिन कसम में मर जाता है क्या ये जरूरी नहीं है कि हर शो फिल्म ड्रामा और इंटरटेनमेंट से हासिल होने वाले मुनाफे में से फनकार फंड के लिए कंट्रीब्यूशन किया जाए क्या ये जरूरी नहीं कि हर खर्च का हिसाब रखा जाए अगर हम फनकार को इज्जत देना चाहते हैं तो उसे उसका हक देना होगा उसका हक मारकर महल तामीर करने वालों की हौसला शिकनी करनी होगी कौन है जो इसका हक माना कौन है जो इसका हक माना